ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਖੇ ਲੁਧਿਆਣਾ ਸਲਾਈ ਮਸ਼ੀਨ ਇੰਡਸਟਰੀਜ਼ ਐਸੋਸੀਏਸ਼ਨ ਲਿਸਮੀਆ ਅਤੇ ਸਲਾਈ ਮਸ਼ੀਨ ਡਿਵੈਲਪਮੈਂਟ ਕਲੱਬ ਐਸਐਮਡੀਸੀ ਵੱਲੋਂ ਸਾਂਝੇ ਤੌਰ 'ਤੇ ਸਾਲਾਨਾ ਜਨਮ ਮੀਟਿੰਗ ਕਰਵਾਈ ਗਈ, ਜਿਸ ਵਿੱਚ ਸਲਾਈ ਮਸ਼ੀਨ ਉਦਯੋਗ ਦੀ ਬਿਹਤਰੀ ਨਾਲ ਸੰਬੰਧਿਤ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਗਬੀਰ ਸਿੰਘ ਸੋਖੀ ਨੂੰ 11ਵੀਂ ਵਾਰ ਐਸਐਮਡੀਸੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਜਨਰਲ ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਸੀਸੂ ਦੇ ਪ੍ਰਧਾਨ ਓਂਕਾਰ ਸਿੰਘ ਅਹੁਜਾ ਦਾ ਜਿੱਥੇ ਪ੍ਰਬੰਧਕਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਓਂਕਾਰ ਸਿੰਘ ਅਹੁਜਾ ਨੇ ਸਿਲਾਈ ਮਸ਼ੀਨ ਉਦਯੋਗ ਨਾਲ ਸੰਬੰਧਿਤ ਮੈਂਬਰਾਂ ਨੂੰ ਇੱਕਜੁੱਟ ਹੋਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਪੂਰਨ ਭਰੋਸਾ ਦਿਵਾਇਆ ਕਿ ਉਹ ਹਰ ਵਕਤ ਉਹਨਾਂ ਦੇ ਨਾਲ ਖੜ੍ਹੇ ਹਨ। ਜਗਬੀਰ ਸਿੰਘ ਸੋਖੀ ਨੇ ਵੀ ਜਿੱਥੇ ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਦਾ ਉਹਨਾਂ ਨੂੰ ਪ੍ਰਧਾਨ ਨਿਯੁਕਤ ਕਰਨ 'ਤੇ ਧੰਨਵਾਦ ਕੀਤਾ, ਉੱਥੇ ਸਰਦਾਰ ਸੋਖੀ ਵੱਲੋਂ ਕੁਲਵੰਤ ਸਿੰਘ ਨੂੰ ਐਸਐਮਡੀਸੀ ਦਾ ਸੈਕਟਰੀ ਨਿਯੁਕਤ ਕਰਕੇ ਮਾਣ ਮਹਿਸੂਸ ਕੀਤਾ ਗਿਆ। ਮੈਨੂੰ ਲੁਧਿਆਣਾ ਸਿਲਾਈ ਮਸ਼ੀਨ ਮੈਨੂਫੈਕਚਰ ਐਸੋਸੀਏਸ਼ਨ ਅਤੇ ਸਿਵਿੰਗ ਮਸ਼ੀਨ ਕਲੱਬ ਦੀ ਮੀਟਿੰਗ 'ਚ ਆਉਣ ਦਾ ਮੌਕਾ ਮਿਲਿਆ। ਮੈਨੂੰ ਬੜੀ ਖੁਸ਼ੀ ਹੋਈ, ਇੱਕ ਤਾਂ ਗੈਦਰਿੰਗ ਬੜੀ ਅੱਛੀ ਗੈਦਰਿੰਗ ਸੀ ਔਰ ਜਿਹੜੇ ਵੀ ਇੱਥੇ ਵਿਚਾਰ ਸਾਂਝੇ ਕੀਤੇ ਗਏ ਉਹ ਬੜੇ ਟੂ ਦੀ ਪੁਆਇੰਟ ਸੀ, ਇੰਡਸਟਰੀ ਦੇ ਲਈ ਬੜੇ ਵਧੀਆ ਸੀ। ਜਿੱਦਾਂ ਕਿ USA ਤੋਂ ਆਇਆ, ਜੇ USA 'ਚ ਕਿਸੇ ਨੇ ਆਪਣਾ ਬਿਜ਼ਨਸ ਅਸਟੈਬਲਿਸ਼ ਕਰਨਾ ਉਹਦੇ ਬਾਰੇ ਦੱਸਿਆ ਗਿਆ। ਮਹੇਸ਼ਵਰੀ ਜੀ ਆਏ ਆ, ਉਹਨਾਂ ਨੇ NSIC ਦੀਆਂ ਸਕੀਮਾਂ ਬਾਰੇ ਦੱਸਿਆ, ਸੋਖੀ ਸਾਹਿਬ ਨੇ ਅਤੇ ਕੁਲਵੰਤ ਸਿੰਘ ਜੀ ਨੇ ਕਲੱਸਟਰ ਡਿਵੈਲਪਮੈਂਟ ਬਾਰੇ ਦੱਸਿਆ ਅਤੇ ਮੈਂ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਵੀ ਇਹ ਜਿਹੜੀ ਸੰਸਥਾ ਇਹ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰੇ ਅਤੇ ਇੰਡਸਟਰੀ ਨੂੰ ਅੱਗੇ ਲੈ ਕੇ। ਅੱਜ ਸਵਿੰਗ ਮਸ਼ੀਨ ਦੀ ਜੁਆਇੰਟ ਮੀਟਿੰਗ ਕਲੱਸਟਰ ਦੀ ਔਰ ਲਿਸਮੀਆਂ ਦੀ ਸਾਂਝੀ AGM ਹੋਈ ਹੈ, ਜਿਹਦੇ ਵਿੱਚ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਪ੍ਰਗਟ ਕਰਕੇ SMDC ਦਾ ਮੁੜ ਪ੍ਰੈਜ਼ੀਡੈਂਟ ਚੁਣਿਆ ਔਰ ਉਹਦੇ ਨਾਲ ਨਾਲ ਅਸੀਂ ਇੰਡਸਟਰੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਔਰ ਨਾਲ ਨਾਲ ਸਾਡੀ ਜਿਹੜੀ ਯੰਗਰ ਜਨਰੇਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਅਸੀਂ ਵਧੀਆ ਐਂਟਰਪ੍ਰੀਨਰ ਬਣਾ ਸਕਦੇ ਹਾਂ ਉਹਦੇ ਉੱਤੇ ਅੱਜ ਵਿਚਾਰਾਂ ਕੀਤੀਆਂ। ਮੈਂ ਸਮੁੱਚੀ ਸੂਈ ਮਿਸ਼ਨ ਇੰਡਸਟਰੀ ਦਾ ਧੰਨਵਾਦੀ ਹਾਂ ਔਰ ਸਮੁੱਚੀ ਸੂਈ ਮਿਸ਼ਨ ਇੰਡਸਟਰੀ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਇਸ ਇੰਡਸਟਰੀ ਦੀ ਇਸ ਸੈਕਟਰ ਦੀ ਬਿਹਤਰੀ ਦੇ ਲਈ ਹਰ ਸੰਭਵ ਯਤਨ ਕੀਤਾ ਜਾਊਗਾ। ਸੂਈ ਮਿਸ਼ਨ ਇੰਡਸਟਰੀ ਐਸੋਸੀਏਸ਼ਨ, ਅੱਜ ਇੱਕ ਬੜੀ ਫਖਰ ਦੀ ਗੱਲ ਹੋਈ ਹੈ ਵੀ ਇੰਨਾ ਖਰਾਬ ਮੌਸਮ ਹੋਣ ਦੇ ਬਾਵਜੂਦ ਸਾਡੇ ਮੈਂਬਰ 100% ਪ੍ਰੈਜੈਂਸ, ਤਕਰੀਬਨ 100%, ਮਤਲਬ ਜੇ ਆਪਾਂ ਕਹਿ ਸਕਦੇ ਹਾਂ ਵੀ ਇੱਕ ਅੱਧਾ ਮੈਂਬਰ ਕੋਈ ਬਿਮਾਰੀ ਕਰਕੇ ਜਾਂ ਕੋਈ ਢਿੱਲਾ ਹੋਣ ਕਰਕੇ ਨਹੀਂ ਆਇਆ, ਉਹ ਅਸੀਂ ਦੇਖਿਆ ਵੀ ਬਜ਼ੁਰਗ ਮੈਂਬਰ ਕੋਈ ਨਹੀਂ ਆ ਸਕੇ, ਪਰ 100% ਸਾਡੀ ਇੱਕ ਅੱਜ ਇੱਥੇ ਮੈਂਬਰਸ ਪਹੁੰਚੇ ਆ ਇੰਨੇ ਮੌਸਮ ਖਰਾਬ ਹੋਣ ਦੇ ਬਾਵਜੂਦ। ਅਤੇ ਮੈਨੂੰ ਵੈਸੇ ਇੰਨਾ ਫਖਰ ਹੋ ਰਿਹਾ ਵੀ ਮੈਨੂੰ ਮਹਿਸੂਸ ਹੋ ਰਿਹਾ ਵੀ ਮੇਰੀਆਂ ਇੰਨੀਆਂ ਸਟਰੋਂਗ ਬਾਹਾਂ ਨੇ ਅਤੇ ਜਿਹੜੀ ਐਸੋਸੀਏਸ਼ਨ ਦਾ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਅਤੇ ਮੈਨੂੰ ਮਤਲਬ ਅੱਜ ਇੱਕ ਬੜੀ ਮਾਣ ਵਾਲੀ ਗੱਲ ਹੈ ਮੇਰੇ ਲਈ ਵੀ ਇੰਨੀ ਮੈਨੂੰ ਸਪੋਰਟ ਕਰ ਰਹੇ ਆ ਸਾਰੇ ਜਣੇ ਅਤੇ ਮੈਂ ਵੀ ਆਪਣੇ ਪੂਰੇ ਮਨ ਤਨ ਨਾਲ ਇਹਨਾਂ ਸਾਰਿਆਂ ਦੀ ਸੇਵਾ ਕਰਦਾ ਰਹੂੰਗਾ ਅਤੇ ਇੰਡਸਟਰੀ ਵਾਸਤੇ ਔਰ ਸਾਰੀ ਇੱਕ ਸਾਡੀ ਯੂਨਿਟੀ ਵਾਸਤੇ ਮੈਂ ਕੰਮ ਕਰਦਾ ਰਹੂੰਗਾ ਜੀ। ਥੈਂਕ ਯੂ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।